ਬੱਚਿਆਂ ਨੂੰ ਏਜੰਟਸ ਨੇ ਫੇਰ ਗੁੰਮਰਾਹ ਕੀਤਾ, ਕੰਮ ਜਲਦੀ ਕਰਾਉਣ ਦੇ ਚੱਕਰ ਦੇ ਵਿੱਚ ਫੰਡਸ ਅਗੇਨ ਗਲਤ ਵੈਸੇ ਦੇ ਵਿੱਚ ਭੇਜ ਦਿੱਤੇ ਹਨ। ਬੱਚਿਆਂ ਦੇ ਬਹੁਤ ਸਾਰੇ ਰਿਫਿਊਜ਼ਲਸ ਦੁਬਾਰਾ ਆ ਚੁੱਕੀਆਂ ਨੇ। ਜਿਹੜੇ ਬੰਦੇ ਨੇ ਯੂਕੇ ਦਾ ਕੰਮ ਕਦੀ ਨਹੀਂ ਕੀਤਾ, ਉਹ ਅੱਜ ਬਾਕੀ ਕੰਟਰੀਆਂ ਦੇ ਬਾਕੀ ਵੈਸੀਆਂ ਦੇ ਬੰਦ ਹੋਣ ਦੇ ਚੱਕਰ ਦੇ ਵਿੱਚ ਯੂਕੇ ਸ਼ੁਰੂ ਕਰਤਾ, ਚਾਹੇ ਉਹਨੂੰ ਯੂਕੇ ਦਾ ਕੰਮ ਕਰਨਾ ਆਉਂਦਾ ਸੀ ਜਾਂ ਨਹੀਂ ਆਉਂਦਾ ਸੀ। ਉਹ ਬੰਦੇ ਜਿਹੜੇ ਯੂਕੇ ਬੱਚਾ ਭੇਜਣ ਲੱਗੇ, ਕਹਿੰਦੇ ਸੀ ਯਾਰ ਯੂਕੇ ਜਾ ਕੇ ਬੱਚੇ ਨੇ ਪੱਕਾ ਨਹੀਂ ਹੋਣਾ, ਭਵਿੱਖ ਨਹੀਂ ਗਾ, ਪੜ੍ਹਾਈ ਵਧੀਆ ਨਹੀਂ। ਅੱਜ ਉਹ ਵੀ ਬੰਦੇ ਯੂਕੇ ਕਰਦੇ ਪਏ ਆ। ਯੂਕੇ ਦਾ ਵੀਜ਼ਾ ਇੱਕ ਵਾਰ ਰਿਫਿਊਜ਼ ਹੋ ਗਿਆ, ਦੁਬਾਰਾ ਕਿਸੇ ਵੀ ਯੂਨੀਵਰਸਿਟੀ ਨੇ ਤੁਹਾਨੂੰ ਐਡਮਿਸ਼ਨ ਨਹੀਂ ਦੇਣੀ, ਤੁਹਾਡੀ ਆਫਰ ਲੈਟਰ ਨਹੀਂ ਆਉਣੀ, ਉਹ ਯੂਕੇ ਯੂਨੀਵਰਸਿਟੀ ਤੋਂ ਤੁਸੀਂ ਆਪਣੀ ਰਿਫਿਊਜ਼ਲ ਹਾਈਡ ਵੀ ਨਹੀਂ ਕਰ ਸਕਦੇ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੁਬਾਰਾ ਤੁਹਾਡੇ ਅੱਗੇ ਯੂਕੇ ਦੀਆਂ 3 ਨਵੀਆਂ ਅਪਡੇਟਸ ਲੈ ਕੇ ਆਇਆ, ਜਿਹਦੇ ਵਿੱਚ ਪਹਿਲੀਆਂ 2 ਅਪਡੇਟਸ ਬੱਚਿਆਂ ਉੱਪਰ ਹੈ, ਫੰਡਸ ਦੇ ਉੱਪਰ ਹੈ, ਐਂਡ ਬੱਚਿਆਂ ਦੇ ਰਿਫਿਊਜ਼ਲ ਦੇ ਉੱਤੇ ਆ। ਬੱਚਿਆਂ ਨੂੰ ਏਜੰਟਸ ਨੇ ਫੇਰ ਗੁੰਮਰਾਹ ਕੀਤਾ, ਕੰਮ ਜਲਦੀ ਕਰਾਉਣ ਦੇ ਚੱਕਰ ਦੇ ਵਿੱਚ ਫੰਡਸ ਅਗੇਨ ਗਲਤ ਵੈਸੇ ਦੇ ਵਿੱਚ ਭੇਜ ਦਿੱਤੇ ਐਂਡ ਬੱਚਿਆਂ ਦੇ ਬਹੁਤ ਸਾਰੇ ਰਿਫਿਊਜ਼ਲ ਦੁਬਾਰਾ ਆ ਚੁੱਕੀਆਂ ਨੇ। ਮੈਂ ਦੱਸ ਦਿੰਦਾ, ਯੂਕੇ ਦੇ ਵਿੱਚ ਸਿਰਫ 28 ਦਿਨ ਪੁਰਾਣੇ ਫੰਡ ਚਾਹੀਦੇ ਆ, ਸਿਰਫ 28 ਦਿਨ ਪੁਰਾਣੇ ਫੰਡ। ਉਹ ਪੈਸੇ ਕਿੱਥੋਂ ਤੁਹਾਡੇ ਅਕਾਊਂਟ 'ਚ ਆਏ, ਐਂਬੈਸੀ ਨੂੰ ਕੋਈ ਮਤਲਬ ਨਹੀਂ ਗਾ। ਔਰ ਏਜੰਟ ਨੂੰ ਇਹ 28 ਦਿਨ ਪੁਰਾਣੀ ਸਟੇਟਮੈਂਟ ਵੀ ਐਂਬੈਸੀ 'ਚ ਲਾਉਣੀ ਔਖੀ ਲੱਗ ਰਹੀ ਹੈ। ਐਂਡ ਬੱਚਾ ਵੀ ਮੈਂ ਕਹਾਂਗਾ ਉਨਾ ਹੀ ਕਸੂਰਵਾਰ ਹੈ। ਸਾਫ਼ ਸਾਫ਼ ਲਿਖਿਆ ਕਿ ਯੂਕੇ ਐਂਬੈਸੀ ਨੂੰ 28 ਡੇਜ਼ ਓਲਡ ਫੰਡ ਚਾਹੀਦੇ ਆ। ਉਹਦੇ ਵਿੱਚ ਵੀ ਉਹ ਨਕਲੀ ਲੋਨ ਲੈਟਰਸ, FD ਅਗੇਂਸਟ OD, FD ਅਗੇਂਸਟ ਲੋਨ ਲੈਟਰਸ, ਜਿਹੜੀਆਂ ਕਿ ਯੂਕੇ ਵਿੱਚ ਐਕਸੈਪਟਿਡ ਡਾਕੂਮੈਂਟਸ ਨਹੀਂ ਹੈਗੇ। ਔਰ ਇੱਦਾਂ ਨਹੀਂ, ਇਹ 2009 ਤੋਂ ਜੋ ਦਾ ਟੀਅਰ 4 ਕਾਨੂੰਨ ਬਣਿਆ ਸੀਗਾ, ਉਦੋਂ ਵੀ ਲੋਕਾਂ ਨੇ ਫੰਡਸ ਦੇ ਨਾਂ ਨੂੰ ਲੈ ਕੇ ਬੜਾ ਕੁਛ ਪਲੇ ਕਰਨ ਦੀ ਕੋਸ਼ਿਸ਼ ਕੀਤੀ ਸੀ ਵੈਸੀ ਦੇ ਨਾਲ, ਅਤੇ ਬਹੁਤ ਵੱਡੇ ਤੌਰ 'ਤੇ ਰਿਫਿਊਜ਼ਲ ਆਈ ਸੀ। ਅੱਜ ਵੀ ਉਹੀ ਦੌਰ ਸ਼ੁਰੂ ਹੋ ਗਿਆ। ਉਹਦਾ ਕਾਰਨ ਇਹ ਵੀ ਹੈ ਕਿ ਜਿਹੜੇ ਬੰਦੇ ਨੇ ਯੂਕੇ ਦਾ ਕੰਮ ਕਦੀ ਨਹੀਂ ਕੀਤਾ, ਉਹ ਅੱਜ ਬਾਕੀ ਕੰਟਰੀਆਂ ਦੇ ਬਾਕੀ ਵੈਸੀਆਂ ਦੇ ਬੰਦ ਹੋਣ ਦੇ ਚੱਕਰ ਦੇ ਵਿੱਚ ਯੂਕੇ ਸ਼ੁਰੂ ਕਰਤਾ, ਚਾਹੇ ਉਹਨੂੰ ਯੂਕੇ ਦਾ ਕੰਮ ਕਰਨਾ ਆਉਂਦਾ ਸੀ ਜਾਂ ਨਹੀਂ ਆਉਂਦਾ ਸੀ। ਉਹ ਬੰਦੇ ਜਿਹੜੇ ਯੂਕੇ ਬੱਚਾ ਭੇਜਣ ਲੱਗੇ, ਕਹਿੰਦੇ ਸੀ ਯਾਰ ਯੂਕੇ ਜਾ ਕੇ ਬੱਚੇ ਨੇ ਪੱਕਾ ਨਹੀਂ ਹੋਣਾ, ਭਵਿੱਖ ਨਹੀਂ ਗਾ, ਪੜ੍ਹਾਈ ਵਧੀਆ ਨਹੀਂ। ਅੱਜ ਉਹ ਵੀ ਬੰਦੇ ਯੂਕੇ ਕਰਦੇ ਪਏ ਆ, ਬਿਕੋਜ਼ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ, ਕਾਰੋਬਾਰ ਚੜ੍ਹਨਾ ਮਜਬੂਰੀ ਹੋ ਸਕਦੀ ਹੈ। ਬਟ ਬੱਚਿਆਂ ਨੂੰ ਮੈਂ ਰਿਕੁਐਸਟ ਕਰਦਾ ਕਿ ਆਪਣਾ ਏਜੰਟ ਵਾਈਸਲੀ ਚੂਜ਼ ਕਰੋ। ਯੂਕੇ ਦੇ ਵਿੱਚ ਬੈਂਕ ਸਟੇਟਮੈਂਟ ਜਾਂ FD ਲਗਾ ਕੇ ਭੇਜ ਦਿਓ, ਦੈਟ ਦੋਜ਼ ਆਰ ਐਕਸੈਪਟੇਬਲ ਡਾਕੂਮੈਂਟਸ। ਕੋਈ FD ਅਗੇਂਸਟ OD, ਕੋਈ ਤੁਸੀਂ ਲੋਨ ਲੈਟਰ ਸੇਮ ਡੇ FD ਕਰਾ ਕੇ ਤੁਸੀਂ ਲੋਨ ਲੈਟਰ ਐਂਬੈਸੀ ਵਿੱਚ ਭੇਜ ਦਿਓ, ਉਹ ਇੱਕ ਐਕਸੈਪਟਿਡ ਡਾਕੂਮੈਂਟ ਨਹੀਂ ਜਿਹਾ। ਐਂਡ ਯੂਕੇ ਦਾ ਵੀਜ਼ਾ ਇੱਕ ਵਾਰ ਰਿਫਿਊਜ਼ ਹੋ ਗਿਆ, ਦੁਬਾਰਾ ਕਿਸੇ ਵੀ ਯੂਨੀਵਰਸਿਟੀ ਨੇ ਤੁਹਾਨੂੰ ਐਡਮਿਸ਼ਨ ਨਹੀਂ ਦੇਣੀ, ਤੁਹਾਡੀ ਆਫਰ ਲੈਟਰ ਨਹੀਂ ਆਉਣੀ, ਔਰ ਯੂਕੇ ਯੂਨੀਵਰਸਿਟੀ ਤੋਂ ਤੁਸੀਂ ਆਪਣੀ ਰਿਫਿਊਜ਼ਲ ਹਾਈਡ ਵੀ ਨਹੀਂ ਕਰ ਸਕਦੇ। ਸੇਮ ਐਜ਼ ਆਸਟ੍ਰੇਲੀਆ, ਜਦੋਂ ਯੂਕੇ ਵੀ ਤੁਹਾਨੂੰ ਕੈਸ਼ ਦਿੰਦਾ, ਔਨਲਾਈਨ ਸਿਸਟਮ 'ਤੇ ਕੈਸ਼ ਨਿਕਲਦਾ, ਗੌਰਮੈਂਟ ਦੀ ਵੈਬਸਾਈਟ ਤੋਂ ਕੈਸ਼ ਨਿਕਲਦਾ, ਉੱਥੇ ਪਤਾ ਚੱਲ ਜਾਂਦਾ ਕਿ ਤੁਹਾਨੂੰ ਇਸ ਤੋਂ ਪਹਿਲਾਂ ਕਦੀ ਕੈਸ਼ ਇਸ਼ੂ ਹੋਇਆ ਸੀ ਕਿ ਨਹੀਂ। ਇਸ ਵੇਲੇ ਸਿਰਫ ਇੱਕੋ ਅੰਬੈਸੀ ਹੈ ਜਿਹੜੀ ਵੀਜ਼ਾ ਦੇ ਰਹੀ ਹੈ, ਅਤੇ ਜੇਕਰ ਆਪਾਂ ਉਸ ਅੰਬੈਸੀ ਨੂੰ ਵੀ ਉਹਦੇ ਜਿਹੜੇ ਨੋਮਸ ਨੇ, ਉਹਦੇ ਕਾਨੂੰਨ ਨੇ, ਉਹਦੀ ਰਿਸਪੈਕਟ ਨਹੀਂ ਕਰਾਂਗੇ, ਤਾਂ ਸ਼ਾਇਦ ਆਪਾਂ ਇਸ ਤੋਂ ਬਾਅਦ ਕਿਸੇ ਵੀ ਹੋਰ ਕੰਟਰੀ ਵਿੱਚ ਨਹੀਂ ਜਾ ਪਾਵਾਂਗੇ। ਸੋ ਪਲੀਜ਼ ਇਸ ਚੀਜ਼ ਦਾ ਖਿਆਲ ਰੱਖੋ, ਆਪਣੀ ਫਾਈਲ ਦਾ ਲਗਾ ਲੱਗੇ, ਆਪਣੀ ਅੱਖਾਂ ਖੋਲ੍ਹ ਕੇ ਚੈੱਕ ਕਰੋ ਕਿ ਏਜੰਟ ਨੇ ਕਿਹੜੇ ਡਾਕੂਮੈਂਟਸ ਨਾਲ ਲਗਾ ਰਿਹਾ, ਫੰਡਸ ਤੁਹਾਡੇ ਕਿਹੜੇ ਲੱਗ ਰਿਹਾ। ਸਿਰਫ 28 ਦਿਨ ਪੁਰਾਣੇ ਫੰਡ ਵੀ ਜੇਕਰ ਉਸ ਏਜੰਟ ਨੂੰ ਲਗਾਉਣੇ ਔਖੇ ਲੱਗਦੇ ਆ ਫਾਈਲ ਦੇ ਵਿੱਚ, ਉਹ ਤੁਹਾਨੂੰ ਸਹੀ ਤਰ੍ਹਾਂ ਸਮਝਾ ਨਹੀਂ ਪਾ ਰਿਹਾ ਜਾਂ ਜਲਦੀ ਫਾਈਲ ਲਗਾਉਣ ਦੇ ਚੱਕਰ ਦੇ ਵਿੱਚ ਤੁਹਾਨੂੰ ਮਿਸਗਾਈਡ ਕਰ ਰਿਹਾ, ਤੁਸੀਂ ਆਪਣੇ ਭਵਿੱਖ ਦੇ ਨੁਕਸਾਨ ਦੇ ਆਪ ਜ਼ਿੰਮੇਵਾਰ ਹੈਗੇ। ਐਂਡ ਇਹਦੇ ਨਾਲ ਹੀ ਏਜੰਟਸ ਨੇ ਅੱਜ ਯੂਨੀਵਰਸਿਟੀਜ਼ ਨੂੰ ਵੀਜ਼ਾ ਦੇ ਰਹੇ ਹਨ। Tier 4 ਦੇ ਜਦੋਂ 2009 'ਚ ਸ਼ੁਰੂ ਹੋਇਆ, ਕੋਲੇਜਸ ਨੇ, ਪ੍ਰਾਈਵੇਟ ਕੋਲੇਜਸ ਨੇ ਸਿਸਟਮ ਨੂੰ ਬੜਾ ਅਬਿਊਜ਼ ਕੀਤਾ, ਉਹਨਾਂ ਨੇ ਬਿਲਕੁਲ ਡਿਮੋਲਿਸ਼ ਕਰ ਦਿੱਤਾ ਪ੍ਰਾਈਵੇਟ ਕੋਲੇਜਸ ਨੂੰ, ਕੋਈ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ 2012-13 ਤੋਂ ਬਾਅਦ। ਜੇਕਰ ਦੁਬਾਰਾ ਉਹਨਾਂ ਨੇ Tier 4 ਵੀਜ਼ਾ ਸ਼ੁਰੂ ਕੀਤੇ ਆ, ਵੀਜ਼ਾ ਦੇਣਾ ਸ਼ੁਰੂ ਕੀਤੇ ਆ, ਐਂਡ 5 ਅਕਤੂਬਰ ਤੋਂ ਬਾਅਦ ਨਵੇਂ ਨੋਮਸ ਤੋਂ ਬਾਅਦ ਵੀ ਵੀਜ਼ਾਸ ਇੰਨੇ ਹੀ ਦੇਣੇ ਉਹਨਾਂ ਨੇ, 6 ਲੱਖ ਦੀ ਗਿਣਤੀ ਤੱਕ ਉਹਨਾਂ ਨੇ ਇੰਟਰਨੈਸ਼ਨਲ ਬੱਚਾ ਲੈ ਕੇ ਜਾਣਾ। ਲੇਕਿਨ ਉਹ ਸਿਰਫ ਯੂਨੀਵਰਸਿਟੀਜ਼ ਵਾਸਤੇ, ਡਿਗਰੀ ਵਾਸਤੇ। ਅੱਜ ਮੈਂ ਦੇਖਿਆ ਮਾਰਕੀਟ ਦੇ ਵਿੱਚ ਰਿਫਿਊਜ਼ਲਸ ਆ ਵੀ ਗਈਆਂ ਨੇ, ਇੰਗਲਿਸ਼ ਕੋਰਸ ਪੜ੍ਹਨ ਜਾ ਰਹੇ ਆ ਇੰਡੀਆ ਤੋਂ ਬੱਚੇ, ਪ੍ਰਾਈਵੇਟ ਕੋਲੇਜਿਸ ਵਿੱਚ ਡਿਪਲੋਮਾਸ ਕਰਨ ਜਾ ਰਹੇ ਆ, ਵੀਜ਼ਾਸ ਨਹੀਂ ਆਉਣਾ। ਔਰ ਉਹ ਸਾਰੇ ਬੱਚੇ ਐਲੀਜੀਬਲ ਹੈਗੇ ਸੀ ਕਿਹਦੇ ਵਾਸਤੇ, ਡਿਗਰੀ, ਆਪਣੀ ਡਿਗਰੀ ਕਰਨ ਦੇ ਵਾਸਤੇ, ਯੂਨੀਵਰਸਿਟੀ 'ਚ ਐਡਮਿਸ਼ਨ ਲੈਣ ਦੇ ਵਾਸਤੇ। ਸਿਰਫ ਆਈ ਡੋਂਟ ਨੋ ਕਿਹੜੇ ਕਿਸ ਤਰ੍ਹਾਂ ਦੇ ਪੈਕੇਜਸ ਦੇ ਝਾਂਸੇ ਵਿੱਚ ਆ ਕੇ ਉਹਨਾਂ ਨੇ ਉਹਨਾਂ ਨੂੰ ਆਪਣੇ ਕੇਸ ਦੇ ਦਿੱਤੇ, ਔਰ ਅੱਜ ਬੱਚੇ ਕਿਸੇ ਵੀ ਯੂਨੀਵਰਸਿਟੀ ਵਿੱਚ ਪੜ੍ਹਨ ਨਹੀਂ ਜਾ ਸਕਦੇ, ਜਿਵੇਂ ਮੈਂ ਕਹਿ ਕੇ ਹਟਿਆ, ਬਿਕੋਜ਼ ਵੀਜ਼ਾ ਯੂਕੇ ਦਾ ਰਿਫਿਊਜ਼ ਹੋ ਗਿਆ, ਦੁਬਾਰਾ ਵੀਜ਼ਾ ਨਹੀਂ ਜਾਣਾ, ਐਂਡ ਆਪਾਂ ਯੂਨੀਵਰਸਿਟੀ ਤੋਂ ਹਾਈਡ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਮੈਂ ਅਪਡੇਟ ਕੀਤਾ ਸੀਗਾ, ਯੂਕੇ ਦੀਆਂ ਕੋਈ ਵੀ ਅਪਡੇਟਸ ਆਉਂਦੀਆਂ, ਡੈਸਟਨੀ ਅਬਰੋਡ ਦੀ ਟੀਮ ਸਭ ਤੋਂ ਪਹਿਲਾਂ ਤੁਹਾਡੇ ਕੋਲ ਲੈ ਕੇ ਆਉਂਦੀ ਹੈ। ਰੀਸੈਂਟ ਅਪਡੇਟ, ਆਫੀਸ਼ੀਅਲੀ ਅਨਾਊਂਸਮੈਂਟ ਤੋਂ ਪਹਿਲੇ ਮੈਂ ਲੈ ਕੇ ਆਇਆ ਸੀਗਾ ਕਿ ਯੂਕੇ ਦਾ ਪੁਆਇੰਟ ਬੇਸ ਸਿਸਟਮ ਜਿਹੜਾ Tier 4 ਬਿਲਕੁਲ ਚੇਂਜ ਹੋ ਕੇ ਨਵਾਂ ਪੁਆਇੰਟ ਬੇਸ ਸਿਸਟਮ ਹੋ ਰਿਹਾ, ਜਿਹੜੇ ਕਿ 70 ਪੁਆਇੰਟਸ ਨੇ। 5 ਅਕਤੂਬਰ ਤੋਂ ਜਿਹੜਾ ਵੀ ਕੈਸ਼ ਆਏਗਾ ਉਹ ਨਵੇਂ ਪੁਆਇੰਟ ਬੇਸ ਸਿਸਟਮ ਦੇ ਨਾਲ ਆਏਗਾ। ਉਹਦੇ ਵਿੱਚ 10 ਪੁਆਇੰਟ ਇੰਗਲਿਸ਼ ਦੇ ਐਕਸਟਰਾ ਦੇਣੇ ਪੈਣਗੇ, ਇੱਕ ਸਰਟੀਫਿਕੇਟ ਦੇ ਰੂਪ ਦੇ ਵਿੱਚ ਤੁਹਾਨੂੰ ਵੱਖਰੇ ਲਾਉਣੇ ਪੈਣਗੇ। ਇਹਦਾ ਵੀ ਏਜੰਟਸ ਨੇ ਇੰਨਾ ਕੁ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਏਜੰਟਸ ਨੇ ਦੇਖਿਆ ਐਡਵਰਟੀਜ਼ਮੈਂਟ ਕੀ ਪਾ ਦਿੱਤੀ ਹੈ ਕਿ ਅੱਜ ਹੀ ਅਪਲਾਈ ਕਰੋ ਤਾਂ ਕਿ 5 ਅਕਤੂਬਰ ਤੋਂ ਪਹਿਲਾਂ ਤੁਸੀਂ ਅਪਲਾਈ ਕਰਕੇ ਕੈਸ਼ ਲੈ ਲਓ। ਜਸਟ ਅਰਜੈਂਸੀ ਕ੍ਰੀਏਟ
सिर्फ उन्होंने एक 10 पॉइंट वक्रे किए हैं, कैश वक्रे पॉइंट किए हैं, तो मंडियाने 100 पॉइंट से पहले ही वक्रे सके। सो पहले 40 पॉइंट से हूँ तुम्हें 70 पॉइंट्स क्लेम करने पैणगे, होर कोई चेंज नहीं आ रहा। सो इमीग्रेशन हेल्थ सर्च आ जोड़ा कि IHS है जो कि 300 पाउंड्स पर ईयर से वध के 470 पाउंड्स पर ईयर होने वाला है फ्रॉम अक्टूबर ऑनवर्ड्स। सो यह भी रीसेंट 3 अपडेट से जोड़े मैं तो शेयर कर दिए है, एंड मैं उम्मीद है कि तुम जानकारी तो बाद जो तुम्हारा कोई क्वेरी है क्वेश्चन है तो मैंने कॉन्टैक्ट कर सकते हो, एंड हेठ लिखे में सूँ फोन भी कर सकते हो। थैंक यू वेरी मच एंड सत श्री अकाल।